सुख होवे दिन राती। सजन सच्चा पातशाह सिरसा दैसा हो, जिस पास बैठिया सोही है सबना दा वैसा हो। जैत श्री महला पंजवा। कोई जन हर स्यों देवै जो, चरण गहो बको शुभ रसना दीजे प्राणिया को। कोई जन हर स्यों देवै जोर, चरण गहो बको शुभ रसना दीजे प्राणिया को। रहा मन तन निर्मल करत क्यारो, हर सुनते सदा संजोर। यारस मह मगन होत कृपा ते, महा विखिया ते तोर। आयो शरण दीन दुख भंजन, चित वाओ तुमरी और। अपै पद दान सिमरन स्वामी को, प्रभ नानक वंदन छोर। आयो शरण दीन दुख भंजन, चित वा तुमरी आउर। अपै पद दान सिमरन स्वामी को, प्रभ नानक वंदन छोर। वाहिगुरु जी का खालसा, वाहिगुरु जी की फतेह। सतगुरु जी पावन पवित्र गोद दे विच सवाइमान गुरु रूप गुरु प्यारे सत्संग जी पावन ਗੁਰਤਾ ਪਤੀ ਸਤਿਗੁਰਾਂ ਦੀ ਪਾਵਨ ਪਿਤਰ ਗੋਦ ਦੇ ਵਿੱਚ ਬੈਠ ਕਰਕੇ ਅੰਮ੍ਰਿਤਮਈ ਗੁਰਬਾਣੀ ਸਰਵ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਆਪ ਸਭ ਸੰਤਾਂ ਨੂੰ ਦਰਸ ਕਰਕੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਦੇ ਰਹਿਣ। ਸੋ 23 ਤਰੀਕ ਨੂੰ ਘਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦਾਂ ਦੇ ਸਰਕਾਰ ਇਹਨਾਂ ਸਤਿਗੁਰਾਂ ਦਾ ਜੋ ਪਾਵਨ ਸ਼ਹੀਦੀ ਦਿਹਾੜਾ ਆ ਰਿਹਾ, ਜੋ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦੇ ਸ਼ਾਮ ਨੂੰ 4 ਵਜੇ ਲੈ ਕੇ 6 ਵਜੇ ਤੱਕ ਇਸਤਰੀ ਸਤਸੰਗ ਜਥੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ। 23 ਤਰੀਕ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਜੋ ਵਿਸ਼ੇਸ਼ ਤੌਰ 'ਤੇ ਦੀਵਾਰ ਸਜਾਏ ਜਾਣਗੇ, ਉਸ ਤੋਂ ਉਪਰੰਤ ਠੰਡੇ ਮਿੱਠੇ ਜਲ ਦੀਆਂ ਛਮੀਲਾਂ ਅਤੇ ਛੋਲਿਆਂ ਦੇ ਪ੍ਰਸ਼ਾਦ ਲੰਗਰ ਤੁਟ ਵਰਤਣਗੇ। 12 ਅਤੇ 13 ਤਰੀਕ ਨੂੰ 12 ਮਈ 13 ਮਈ